ਫਸਟ ਵੇ ਚੈਨਲ ਵੇਖਦੇ ਹੋਏ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਨੇਵਾਲ ਵਿਖੇ SS ਸੰਧੂ ਐਂਡ ਗਰੁੱਪ ਔਰੰਗ ਵੱਲੋਂ ਸਰਦਾਰ ਮਲਕੀਤ ਸਿੰਘ ਜੀ ਦੀ ਯਾਦ ਵਿੱਚ ਪਹਿਲਾਂ ਸ਼ਾਨਦਾਰ ਦਸਤਾਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ 6 ਸਾਲ ਦੇ ਬੱਚਿਆਂ ਤੋਂ ਲੈ ਕੇ 30 ਸਾਲ ਤੱਕ ਦੇ ਉਮਰ ਦੇ ਬੱਚਿਆਂ ਨੇ ਇਸ ਵਿੱਚ ਭਾਗ ਲਿਆ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਬਾਬਾ ਮੇਜਰ ਸਿੰਘ ਜੀ ਕਾਰ ਸੇਵਾ ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ, ਉੱਘੇ ਸਮਾਜ ਸੇਵਕ ਸਰਦਾਰ ਗੁਰਚਰਨ ਸਿੰਘ ਜੀ ਸਾਹਨੇਵਾਲ, ਜ਼ਿਲ੍ਹਾ ਦਿਹਾਤੀ ਯੂਥ ਪ੍ਰਧਾਨ ਲੱਕੀ ਸੰਧੂ ਜੀ, ਕੌਂਸਲਰ ਮਨਜਿੰਦਰ ਸਿੰਘ ਮਾਂਗਟ ਨੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਬੱਚਿਆਂ ਨੂੰ ਮੈਡਲ ਦੇ ਕੇ ਸਤਿਕਾਰ ਵਜੋਂ ਸਨਮਾਨਿਤ ਕੀਤਾ ਗਿਆ। ਸਾਡੇ ਰਿਪੋਰਟਰ ਰਿੰਕੂ ਗਰਚਾ ਜੀ ਵੱਲੋਂ ਕਵਰੇਜ ਕੀਤੀ ਹੋਈ, ਸੋ ਆਓ ਦੇਖਦੇ ਹਾਂ ਇੱਕ ਰਿਪੋਰਟ। ਮੈਂ ਸਭ ਤੋਂ ਪਹਿਲਾਂ ਤੁਹਾਡਾ ਜਿੰਨੇ ਵੀ ਜਥੇਦਾਰ ਬਾਬਾ ਮੇਜਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਅੱਜ ਉਰੇ ਆਏ ਦਸਤਾਰ ਮੁਕਾਬਲਾ ਸਰਦਾਰ ਮਲਕੀਤ ਸਿੰਘ ਦੀ ਯਾਦ ਵਿੱਚ ਕਰਾਇਆ ਗਿਆ, ਪਹਿਲਾ ਦਸਤਾਰ ਮੁਕਾਬਲਾ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਨੇਵਾਲ 26 ਮਾਰਚ ਨੂੰ। ਅਤੇ ਫਸਟ ਵੇ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੀ ਓਫਿਸ਼ੀਅਲ ਕਵਰੇਜ ਕੀਤੀ, ਅਤੇ ਸਾਰੇ ਭਾਗੀਦਾਰ ਜਿੰਨੇ ਵੀ ਪਾਰਟੀਸਪੇਟ ਕੀਤਾ, ਕਿਉਂਕਿ ਲੋਕਡਾਊਨ ਸੀ ਅੱਜ ਅਤੇ ਉਹਦੇ ਵਿੱਚ ਵੀ ਆਏ ਨੇ ਸਾਰੇ। ਕਿਸਾਨਾਂ ਲਈ ਵੀ ਸਾਡਾ ਬਹੁਤ ਪਿਆਰ ਹੈ, ਅਤੇ ਉਹਨਾਂ ਦੇ ਦੇਖਦੇ ਹੋਏ ਸਾਰੇ ਮੈਂਬਰਾਂ ਵੱਲੋਂ ਕਾਲੀਆਂ ਪੱਗਾਂ 'ਚ ਬੰਨੀਆਂ ਗਈਆਂ ਸੀਗੀਆਂ, ਅਤੇ ਮੈਂ ਇੱਕ ਵਾਰ ਫਿਰ ਜੀ ਆਪ ਸਭ ਦਾ ਬਹੁਤ ਧੰਨਵਾਦ ਕਰਦਾ, ਐਵੇਂ ਸਾਥ ਦਿੰਦੇ ਰਹੋ। ਵਾਹਿਗੁਰੂ ਜੀ ਦਾ ਖਾਲਸਾ, ਧੰਨਵਾਦ ਹਾਂ, ਧੰਨਵਾਦੀ ਹਾਂ ਫਸਟ ਵੇ ਚੈਨਲ ਦੇ ਜਿਹੜੇ ਇਹ ਸਾਡੀ ਬੱਚਿਆਂ ਦਾ ਜੋ ਹੌਸਲਾ ਅਫਜਾਈ ਕਰ ਰਹੇ ਨੇ। ਇਹ ਜੋ ਉਪਰਾਲਾ ਸੁਖਦੇਵ ਸੁਖਰਾਜ ਸਿੰਘ ਸੰਧੂ ਨੇ ਆਪਣੇ ਦਾਦਾ ਜੀ ਦੀ ਪਹਿਲੀ ਵਰਸੀ ਦੀ ਯਾਦ ਵਿੱਚ ਕੀਤਾ ਹੈ, ਬਹੁਤ ਸ਼ਲਾਘਾਯੋਗ ਹੈ। ਬੱਚਿਆਂ ਨੂੰ ਹੌਸਲਾ ਅਫਜਾਈ ਕਰਦੇ ਨੇ ਵੀ ਦਸਤਾਰ ਹੀ ਸਿੱਖੀ ਦੀ ਸ਼ਾਨ ਹੈ, ਦਸਤਾਰ ਦੇ ਨਾਲ ਹੀ ਸਾਡਾ ਜੀਵਨ ਹੈ। ਇਸ ਕਰਕੇ ਮੈਂ ਇਸ ਗਰੁੱਪ ਦਾ ਇਸ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਉਪਰਾਲਾ ਕੀਤਾ, ਹੋਰ ਵੀ ਬੱਚਿਆਂ ਨੂੰ ਇਸੇ ਤਰ੍ਹਾਂ ਆਪਣੇ ਦਸਤਾਰ ਨੂੰ ਪਿਆਰ ਅਤੇ ਸਤਿਕਾਰ ਕਰਨਾ ਚਾਹੀਦਾ। ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਸਾਨੂੰ ਪਤਾ ਹੀ ਹੈ ਕਿ ਪੱਗ ਸਾਡਾ ਤਾਜ ਹੈ, ਅਤੇ ਆਪਾਂ ਸੁਣਿਆ ਤਾਂ ਹੋਏਗਾ ਹੀ ਕਿ ਟੋਪੀ ਭਾਵੇਂ ਸੋਨੇ ਦੀ ਲੈ ਲੈ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ। ਠੀਕ ਹੈ, ਇਹ ਇਕੱਲਾ ਕੱਪੜਾ ਨਹੀਂ ਹੈ, ਇੱਕ ਸਾਡੀ ਪਹਿਚਾਣ ਹੈ ਜੋ ਸਾਨੂੰ ਆਪਾਂ ਨੂੰ ਕਿਸੇ ਨੂੰ ਦੱਸਣਾ ਹੀ ਪੈਂਦਾ, ਆਈਡੈਂਟੀਫਿਕੇਸ਼ਨ ਦਿੰਦੀ ਆ। ਕਿਸ ਦੁਨੀਆ ਦੇ ਕਿਸੇ ਵੀ ਕੋਨੇ ਚਲ ਜਾਓ, ਜੇ ਤੁਹਾਡੇ ਦਸਤਾਰ ਸਜਾਈ ਹੋਏਗੀ ਤਾਂ ਤੁਹਾਨੂੰ ਪਤਾ ਲੱਗ ਜਾਏਗਾ, ਦੂਰੋਂ ਲੋਕ ਕਹਿ ਦੇਣਗੇ ਉਹ ਸਿੰਘ ਸਾਹਿਬ ਨੇ, ਉਹ ਸਰਦਾਰ ਨੇ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ। ਠੀਕ ਹੈ, ਇਸ ਲਈ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਹ ਇਕੱਲਾ ਕੱਪੜਾ ਨਹੀਂ, ਇਹ ਸਾਡਾ ਤਾਜ ਹੈ, ਸਾਡਾ ਮਾਣ ਹੈ। ਇਹਨੇ ਸਾਡੀ ਆਈਡੈਂਟੀਫਿਕੇਸ਼ਨ ਜਿਹੜੀ ਦਿੱਤੀ ਆ ਦੁਨੀਆ ਨੂੰ, ਉਹ ਅੱਜ ਪੂਰੀ ਦੁਨੀਆ ਦੇਖਦੀ ਆ। ਠੀਕ ਹੈ, ਅਤੇ ਮੈਂ ਇਹੀ ਚਾਹੁੰਦਾ ਵਾਂ ਕਿ ਪੱਗਾਂ ਦੇ ਮੁਕਾਬਲੇ ਇੱਦਾਂ ਕਰਾਏ ਗਏ ਨੇ ਜੋ ਸਾਡੀ NGO ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਇੱਕ ਕਿਸੇ ਖਾਸ ਬੰਦੇ ਨੂੰ ਨਹੀਂ ਸਮਰਪਿਤ ਹੁੰਦਾ, ਅਤੇ ਸਾਡੇ ਸਾਰੀ ਜਿਹੜੀ ਟੀਮ ਆ ਨਾ, ਪਾਣੀ ਪਿਲਾਉਣ ਤੋਂ ਲੈ ਕੇ ਸਭ ਕੁਛ ਇੰਤਜ਼ਾਮ ਕਰਾਉਣ ਤੱਕ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ। ਤਾਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਅਸੀਂ ਅੱਗੇ ਵੀ ਇੱਦਾਂ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।